ਪੈਰਾਸੋਲੰਪਿਕਸ 2024 ਦੇ ਵਿੱਚ ਪਾਰਾ ਦਾ ਖਾਤਾ ਖੁੱਲ ਗਿਆ ਹੈ ਭਾਰਤ ਦੀਆਂ ਦੋ ਧੀਆਂ ਨੇ ਇੱਕੋ ਈਵੈਂਟ ਦੇ ਵਿੱਚ ਦੋ ਮੈਡਲ ਜਿੱਤੇ ਨੇ ਨਿਸ਼ਾਨੇਬਾਜ਼ ਅਵਨੀ ਲਖਾਰਾ ਨੇ ਇੱਕ ਵਾਰੀ ਫਿਰ ਭਾਰਤ ਲਈ ਸੋਨਾ ਜਿੱਤ ਲਿਆ ਹੈ ਅਵਨੀ ਨੇ 10 ਮੀਟਰ 에ਅਰ ਰਾਈਫਲ ਐਸ ਐਚ 1 ਦੇ ਵਿੱਚ ਸੋਨਾ ਜਿੱਤਿਆ ਹੈ ਇਸ ਤੋਂ ਪਹਿਲਾਂ ਅਵਨੀ ਲਖਾਰਾ ਨੇ 2020 ਪੈਰਾਓਲੰਪਿਕਸ ਦੇ ਵਿੱਚ 10 ਮੀਟਰ 에ਅਰ ਈਵੈਂਟ ਐਸ ਐਚ 1 ਵਿੱਚ ਵੀ ਸੋਨਾ ਜਿੱਤਿਆ ਸੀ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ ਲੁਧਿਆਣੇ ਦੇ ਲੋਕਾਂ ਲਈ ਚੰਗੀ ਖਬਰ ਹੈ ਕਿ ਹਲਵਾਰਾ 에ਅਰਪੋਰਟ ਤੋਂ ਛੇਤੀ ਹੀ ਹਵਾਈ ਜਹਾਜ਼ ਉੱਡਣਗੇ ਸ਼ੁਰੂ ਹੋ ਜਾਣਗੇ ਕੱਲੇ ਲੁਧਿਆਣਾ ਹੀ ਨਹੀਂ ਪੰਜਾਬ ਤੇ ਆਣਗੌਣ ਦੇ ਸੂਬਿਆਂ ਦੇ ਲਈ ਵੀ ਇਹ ਰਾਹਤ ਹੋ ਜਾਵੇਗੀ 에어 ਇੰਡੀਆ ਨੇ ਹਲਵਾਰਾ ਹਵਾਈ ਅੱਡੇ ਤੋਂ ਉਡਾਣਾ ਸ਼ੁਰੂ ਕਰਨ ਲਈ ਆਪਣੀ ਹਾਮੀ ਭਰ ਦਿੱਤੀ ਹੈ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਦੇ ਅੰਦਰ ਦੀ ਮੀਟਿੰਗ ਦੇ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਇਸ ਦੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ 에어 ਇੰਡੀਆ ਤੋਂ ਬਾਅਦ ਹੋਰ 에어ਲਾਈਨਸ ਨੇ ਵੀ ਆਪਣੀ ਦਿਲਚਸਪੀ ਦਿਖਾਈ ਹੈ ਵਿਸਤਾਰਾ 에어ਲਾਈਨਸ ਦੇ ਨਾਲ ਰਲੇਵੇਂ ਤੋਂ ਬਾਅਦ ਨਵੰਬਰ ਦੇ ਵਿੱਚ ਫਲਾਈਟ ਸ਼ੁਰੂ ਹੋ ਜਾਵੇਗੀ 1 ਸਤੰਬਰ 2024 ਤੋਂ ਕਈ ਅਹਿਮ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਹੇ ਨੇ ਜੋ Google, ਆਧਾਰ ਕਾਰਡ, UPI ਅਤੇ ਮੋਬਾਈਲ ਸੇਵਾਵਾਂ ਨੂੰ ਪ੍ਰਭਾਵਿਤ ਕਰਨਗੇ। Google ਨੇ ਆਪਣੀ Play Store ਪਾਲਿਸੀ ਨੂੰ 1 ਸਤੰਬਰ ਤੋਂ ਬਦਲ ਦਿੱਤਾ ਹੈ। ਇਸ ਦੇ ਤਹਿਤ Google Play Store ਤੋਂ ਕਈ ਘੱਟ ਗੁਣਵੱਤਾ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਐਪਸ ਨੂੰ ਹਟਾ ਦਿੱਤਾ ਜਾਊਗਾ। ਯਾਨੀ ਕਿ ਤੁਸੀਂ ਆਪਣੀਆਂ ਮਨਮਰਜ਼ੀ ਦੀਆਂ ਐਪਸ Google Play ਤੋਂ ਡਾਊਨਲੋਡ ਨਹੀਂ ਕਰ ਸਕੋਗੇ ਇਸੇ ਤਰ੍ਹਾਂ UIDAI ਨੇ ਆਧਾਰ ਕਾਰਡ ਅਪਡੇਟ ਕਰਨ ਦੀ ਅੰਤਿਮ ਮਿਤੀ 14 ਸਤੰਬਰ 2024 ਤੱਕ ਵਧਾ ਦਿੱਤੀ ਹੈ ਪਹਿਲਾਂ ਇਹ ਸਮਾਂ ਸੀਮਾ 14 ਜੂਨ 2024 ਤੱਕ ਸੀ ਜੇ ਤੁਹਾਡਾ ਆਧਾਰ ਕਾਰਡ 10 ਸਾਲ ਪੁਰਾਣਾ ਹੈ ਤਾਂ ਤੁਸੀਂ ਇਹਨੂੰ ਮੁਫਤ ਦੇ ਵਿੱਚ ਆਨਲਾਈਨ ਅਪਡੇਟ ਕਰ ਸਕਦੇ ਹੋ ਇਹਦੇ ਲਈ ਤੁਹਾਨੂੰ My Aadhaar portal ਤੇ ਜਾਣਾ ਪਊਗਾ ਆਧਾਰ ਅਪਡੇਟ ਦੀ ਸਹੂਲਤ ਸਿਰਫ ਆਨਲਾਈਨ ਹੀ ਉਪਲਬਧ ਹੈ ਆਧਾਰ ਕੇਂਦਰ ਤੇ ਜਾ ਕੇ ਅਪਡੇਟ ਜੇ ਤੁਸੀਂ ਕਰਵਾਉਣੀ ਹੋ ਤਾਂ ਤੁਹਾਨੂੰ ਸਰਵਿਸ ਚਾਰਜ ਦੇਣੇ ਪੈਣਗੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਨਵੇਂ ਨਿਯਮਾਂ ਦੇ ਤਹਿਤ 1 ਸਤੰਬਰ ਯਾਨੀ ਕਿ ਪਰਸੋਂ ਤੋਂ ਲੈ ਕੇ ਰੂਪਏ ਕ੍ਰੈਡਿਟ ਕਾਰਡ ਅਤੇ ਯੂਪੀਆਈ ਲੈਣ ਦਿੰਦੀਆਂ ਫੀਸਾਂ ਹੁਣ ਤੁਹਾਡੇ ਰੂਪਏ ਇਨਾਮ ਪੁਆਇੰਟਾਂ ਤੋਂ ਨਹੀਂ ਕਟੀਆਂ ਜਾਣਗੀਆਂ ਇਸ ਨਿਯਮ ਨੂੰ ਲਾਗੂ ਕਰਨ ਲਈ ਸਾਰੇ ਬੈਂਕਾਂ ਨੂੰ ਤਲਾਹ ਕੀਤੀ ਗਈ ਹੈ ਇਹ ਤੁਹਾਡੇ ਇਨਾਮ ਪੁਆਇੰਟਾਂ ਦੀ ਪੂਰੀ ਵਰਤੋਂ ਕਰਨ ਤੇ ट्रांजैक्शन ਫੀਸਾਂ ਤੇ ਤੁਹਾਡੇ ਖਰਚਾ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰੇਗਾ ਯੂਪੀਆਈ ਨੂੰ ਏਟੀਐਮ ਦੇ ਨਾਲ ਜੋੜ ਦਿੱਤਾ ਗਿਆ ਹੈ ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਟੀ ਰਵੀ ਸ਼ੰਕਰ ਨੇ ਗਲੋਬਲ ਫਿਨਟੈਕ ਫੈਸਟਾ 2024 ਦੇ ਵਿੱਚ UPI ਇੰਟਰੋਪਰੇਬਲ ਕੈਸ਼ ਡਿਪੋਜ਼ਿਟ ਸਹੂਲਤ ਦਾ ਉਦਘਾਟਨ ਕੀਤਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਕਿਹਾ ਕਿ UPI ICD ਦੀ ਸ਼ੁਰੂਆਤ ਨਾਲ ਗਾਹਕਾਂ ਨੂੰ ਬੈਂਕਾਂ ਅਤੇ ਵਾਈਟ ਲੇਬਲ ਆਪਰੇਟਰਾਂ ਵੱਲੋਂ ਸੰਚਾਲਿਤ ATM ਦੇ ਵਿੱਚ UPI ਦੀ ਵਰਤੋਂ ਕਰਕੇ ਆਪਣੇ ਬੈਂਕ ਖਾਤੇ ਜਾਂ ਕਿਸੇ ਹੋਰ ਬੈਂਕ ਖਾਤੇ ਵਿੱਚ ATM ਕਾਰਡ ਦੀ ਲੋੜ ਤੋਂ ਬਿਨਾਂ ਨਕਦੀ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਮਿਲੇਗੀ ਇਹ ATM ਕੈਸ਼ ਰੀਸਾਈਕਲਰ ਮਸ਼ੀਨਾਂ ਨੇ ਜਿਨ੍ਹਾਂ ਦੀ ਵਰਤੋਂ ਨਗਦ ਜਮ੍ਹਾਂ ਤੇ ਕਢਵਾਉਣ ਦੋਵਾਂ ਦੇ ਲਈ ਕੀਤੀ ਜਾਂਦੀ ਹੈ ਬੀਬੀਆਂ ਦੀ ਸੁਰੱਖਿਆ ਦੇ ਲਈ ਸ਼ੀ ਬਾਕਸ ਪੋਰਟਲ ਖੋਲਿਆ ਹੈ ਕੇਂਦਰ ਨੇ ਕੰਮ ਵਾਲੀਆਂ ਥਾਵਾਂ ਤੇ ਔਰਤਾਂ ਦੀ ਜਨਸੀ ਸੋਸ਼ਲ ਦੀਆਂ ਸ਼ਿਕਾਇਤਾਂ ਨੂੰ ਦਰਜ ਕਰਨ ਤੇ ਨਿਗਰਾਨੀ ਕਰਨ ਦੇ ਲਈ ਇੱਕ ਕੇਂਦਰੀ ਪਲੇਟਫਾਰਮ ਲਾਂਚ ਕੀਤਾ ਹੈ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਨਵਾਂ ਸ਼ੀ ਬਾਕਸ ਪੋਰਟਲ ਦੇਸ਼ ਵਿੱਚ ਬਣਾਈਆਂ ਗਈਆਂ ਅੰਦਰੂਨੀ ਕਮੇਟੀਆਂ ਤੇ ਸਥਾਨਕ ਕਮੇਟੀਆਂ ਨਾਲ ਸੰਬੰਧਿਤ ਜਾਣਕਾਰੀ ਦੇ ਕੇਂਦਰੀ ਭੰਡਾਰ ਦੇ ਵਜੋਂ ਕੰਮ ਕਰਨ ਦੇ ਲਈ ਖੋਲਿਆ ਹੈ ਜਿਸ ਵਿੱਚ ਸਰਕਾਰੀ ਤੇ ਨਿੱਜੀ ਖੇਤਰ ਦੋਵੇਂ ਸ਼ਾਮਲ ਨੇ ਇਹ ਸ਼ਿਕਾਇਤਾਂ ਦਾਇਰ ਕਰਨ ਉਹਨਾਂ ਦੀ ਸਥਿਤੀ ਦਾ ਪਤਾ ਲਾਉਣਾ ਤੇ ਸੂਚਨਾ ਕਮਿਸ਼ਨਰ ਦੇ ਵੱਲੋਂ ਸਮੇਂ ਸਿਰ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਕਿ ਨਹੀਂ ਬਣਾਉਣ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦਾ ਰਹੇਗਾ ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਨਾਲ ਹੋਈ ਹਵਾਨੀਅਤ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ ਪਰ ਲੁਧਿਆਣਾ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਦੇ ਲਈ ਇੱਕ ਸਕੀਮ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਹੋਈ ਹੈ ਲੁਧਿਆਣਾ ਪੁਲਿਸ ਰਾਤ ਨੂੰ 10 ਵਜੇ ਤੋਂ ਸਵੇਰੇ 6 ਵਜੇ ਤੱਕ ਬੀਬੀਆਂ ਨੂੰ ਮੁਫਤ ਪਿਕ ਐਂਡ ਡ੍ਰੌਪ ਦੀ ਸੇਵਾ ਪ੍ਰਦਾਨ ਕਰਦੀ ਹੈ ਲੁਧਿਆਣਾ ਪੁਲਿਸ ਨੇ ਇਸ ਦੇ ਲਈ ਇੱਕ ਮਹਿਲਾ ਹੈਲਪਲਾਈਨ ਨੰਬਰ 7837 0185555 ਇਹ ਜਾਰੀ ਕੀਤਾ ਹੈ ਤੁਸੀਂ ਇਹ ਨੰਬਰ ਨੋਟ ਕਰ ਸਕਦੇ ਹੋ 7837018555 ਇਸ ਨੰਬਰ ਤੇ ਕਾਲ ਕਰਕੇ ਬੀਬੀਆਂ ਲੁਧਿਆਣਾ ਪੁਲਿਸ ਨੂੰ ਰਾਤ ਨੂੰ ਘਰ ਛੱਡਣ ਲਈ ਕਹਿ ਸਕਦੀਆਂ ਨੇ ਲੁਧਿਆਣਾ ਪੁਲਿਸ ਦੀ ਇਹ ਸਹੂਲਤ ਸਾਰੇ ਦਿਨ ਦੇ ਲਈ ਉਪਲਬਧ ਹੈ ਹਾਲਾਂਕਿ ਦਿਨੇ ਕਿਸੇ ਨੂੰ ਲੋੜ ਘਾਟੀ ਪੈਂਦੀ ਹੈ ਲੁਧਿਆਣਾ ਪੁਲਿਸ ਦੀ ਏਡੀਸੀਪੀ ਹੈੱਡ ਕੁਆਰਟਰ ਗੁਰਮੀਤ ਕੌਰ ਦੇ ਮੁਤਾਬਿਕ ਸਹੂਲਤ ਲਗਾਤਾਰ ਚੱਲ ਰਹੀ ਹੈ ਦਸੰਬਰ 2019 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਉਸੇ ਸਾਲ ਨਵੰਬਰ ਮਹੀਨੇ ਦੇ ਵਿੱਚ ਹైదరాబాద్ ਦੇ ਇੱਕ ਵਾਰੀ ਇਲਾਕੇ ਵਿੱਚ ਇੱਕ ਵੈਟਰਨਰੀ ਡਾਕਟਰ ਦੇ ਨਾਲ ਸਮੂਹਿਕ ਬੁਲਾਤਕਾਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਪਿਓ ਦਾ ਪਿਆਰ ਕਿਸੇ ਵੀ ਤਰ੍ਹਾਂ ਮਾਂ ਦੇ ਪਿਆਰ ਤੋਂ ਬਿਹਤਰ ਨਹੀਂ ਹੋ ਸਕਦਾ। ਅਦਾਲਤ ਨੇ 2 ਸਾਲ ਦੇ ਬੱਚੇ ਦੀ ਕਸਟਡੀ ਮਾਂ ਨੂੰ ਸੌਪਣ ਦੇ ਹੁਕਮ ਦਿੰਦਿਆਂ ਇਹ ਟਿੱਪਣੀ ਕੀਤੀ। ਇਲਜ਼ਾਮ ਹੈ ਕਿ ਪਿਤਾ ਉਸ ਨੂੰ ਜ਼ਬਰਦਸਤੀ ਮਾਂ ਦੇ ਘਰੋਂ ਲੈ ਗਿਆ ਸੀ, ਯਾਨੀ ਕਿ ਬੱਚੇ ਨੂੰ ਮਾਂ ਦੇ ਘਰੋਂ ਜ਼ਬਰਦਸਤੀ ਲੈ ਗਿਆ ਸੀ। 2 ਸਾਲ ਦਾ ਬੱਚਾ ਸੀ। ਜਸਟਿਸ ਗੁਰਬੀਰ ਸਿੰਘ ਨੇ ਕਿਹਾ ਕਿ ਮਾਂ ਦਾ ਪਿਆਰ ਤਿਆਗ ਤੇ ਸਮਰਪਣ ਦੀ ਪਰਿਭਾਸ਼ਾ ਹੈ ਮਿਸਾਲ ਹੈ ਇਸ ਉਮਰ ਦੇ ਵਿੱਚ ਬੱਚੇ ਤੇ ਮਾਂ ਦਾ ਬੰਧਨ ਪਿਤਾ ਦੇ ਬੰਧਨ ਨਾਲੋਂ ਕਿਤੇ ਵੱਧ ਹੁੰਦਾ ਹੈ ਭਾਵੇਂ ਆਪਣੇ ਬੱਚੇ ਪ੍ਰਤੀ ਪਿਤਾ ਦੀਆਂ ਭਾਵਨਾਵਾਂ ਹਮੇਸ਼ਾ ਮਜ਼ਬੂਤ ਹੁੰਦੀਆਂ ਨੇ ਪਰ ਇਸ ਕੋਮਲ ਉਮਰ ਦੇ ਵਿੱਚ ਮਾਂ ਦੀਆਂ ਭਾਵਨਾਵਾਂ ਤੋਂ ਮਜ਼ਬੂਤ ਨਹੀਂ ਹੋ ਸਕਦੀਆਂ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਇਸ ਜਹਾਨ ਤੋਂ ਜਾਣ ਤੋਂ ਬਾਅਦ ਨਵਾਂ ਗਾਣਾ ਰਿਲੀਜ਼ ਹੋਇਆ ਹੈ ਜਿਸ ਦਾ ਨਾਮ ਅਟੈਚ ਹੈ ਲੱਖਾਂ ਦੀ ਗਿਣਤੀ ਵਿੱਚ ਲੋਕ ਕਹੁਣ ਤੱਕ ਇਸ ਨੂੰ ਸੁਣ ਚੁੱਕੇ ਨੇ ਪਹਿਲੇ 20 ਮਿੰਟ ਦੇ ਵਿੱਚ ਹੀ 5 ਲੱਖ ਲੋਕਾਂ ਨੇ ਗਾਣਾ ਸੁਣ ਲਿਆ ਸੀ ਮੂਸੇਵਾਲੇ ਦੇ ਅਫੀਸ਼ੀਅਲ YouTube ਚੈਨਲ ਤੇ ਹੀ ਇਸ ਨੂੰ ਰਿਲੀਜ਼ ਕੀਤਾ ਗਿਆ ਹੈ 5 ਘੰਟਿਆਂ ਦੇ ਵਿੱਚ 26 ਲੱਖ ਲੋਕ ਸੁਣ ਚੁੱਕੇ ਸਨ ਇਹ ਨਵਾਂ ਗਾਣਾ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਸਾਥ ਬ੍ਰਿਟਿਸ਼ ਰੈਪਰ ਤੇ ਗਾਇਕ ਫਰੈਡੋ ਤੇ ਸਟੀਲ ਬੈਂਗਲਸ ਨੇ ਦਿੱਤਾ ਹੈ ਸਿੱਧੂ ਮੂਸੇਵਾਲੇ ਦਾ ਅਟੈਚ ਗੀਤ ਇੱਕ ਰੋਮਾਂਟਿਕ ਗਾਣਾ ਹੈ ਭਾਰਤੀ ਮਹਿਲਾ ਪਲਵਾਨ ਹਰਿਆਣੇ ਦੀ ਧੀ ਵਿਨੇਸ਼ ਫੋਗਾਟ ਨੇ ਆਪਣੇ ਪਤੀ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਐਸਜੀਪੀਸੀ ਦੇ ਵਫਦ ਨੇ ਉਹਨਾਂ ਸਵਾਗਤ ਵਿਕੀਤਾ ਇਸ ਮੌਕੇ ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਤਖਤ ਸਾਹਿਬ ਵਿਖੇ ਮੌਜੂਦ ਸਨ ਪੰਥ ਸਿੰਘ ਸਾਹਿਬਾਂ ਦੀ ਅਹਿਮ ਬੈਠਕ ਨੂੰ ਲੈ ਕੇ ਤੇ एस सिंह साहिब ज्ञानी हरप्रीत सिंह ने भी विनेश फोगट नाल मुलाकात की इस मौके विनेश फोगट ने कहा कि इथे पहुंच के मैं बहुत ही चंगा تے पॉजिटिव महसूस कर रही हां वाहेगुरु ਅਗੇ ਅਰਦਾਸ ਹੈ ਕਿ ਉਹ ਮੈਨੂੰ ਹਿੰਮਤ ਦੇਣ ਸਾਡਾ ਦੇਸ਼ ਸੁਰੱਖਿਅਤ ਰਹੀ ਰਹੇ ਤੇ ਅਸੀਂ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹੀਏ ਬਹੁਤ بڑا ਸੁਪਨਾ تھا ਇੱਕ ਕਿ ਵਾਹਿਗੁਰੂ ਮuje ਬੁਲਾਏ ਮuje ਆਪਣਾ ਅਸ਼ੀਰਵਾਦ ਬਖਸ਼ੇ ਮuje ਤਾਕਤ ਹਿੰਮਤ ਦੇਣ ਆ ਜਾ ਕੇ یہاں پہ ਬਹੁਤ اچھا ਲੱਗ ਰਿਹਾ ਹੈ ਬਹੁਤ ਪੋਜੀਟਿਵ ਇੱਕ ਫੀਲ ਹੋ ਰਿਹਾ ਹੈ ਮੇਰੇ ਮਾਤਮਾ ਸੇ ਵਾਈ ਗੁਰੂ ਸੇ ਬਸ ਆਸ਼ੀਰਵਾਦ ਲੈਣੇ ਆ ਕਿ ਮੇਰੇ ਕੋ ਤਾਕਤ ਹੋ ਰਹਿਮਤ ਬਖਸ਼ੇ ਮੈਂ ਜੋ ਵੀ ਜ਼ਿੰਦਗੀ ਮੇਂ ਕਰਨਾ ਚਾਹੂੰ ਜਾਂ ਅਮਰਿਆਸਪਾਰਕ ਜਿੰਨ ਕੇ ਮਾਰੇ ਆਪਣੇ ਸਭ ਸਭ ਵਾਇਗੁਰੂ ਨੂੰ ਪੇਰ ਕਰ ਪਾ ਬਣਾ ਰੱਖੇ ہمارا ਦੇਸ਼ ਸੁਰੱਖਿਤ ਰਹੇ ہمارا ਦੇਸ਼ ਉન્નਤੀ ਕਰਦਾ ਰਹੇ ਬਸ ਵਾਇਗੁਰੂ ਸਹੀ ਇਹ ਕੱਲ 31 ਅਗਸਤ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨੀ ਮੋਰਚਿਆਂ ਦੇ ਪੂਰੇ 200 ਦਿਨ ਹੋ ਜਾਣਗੇ ਤੇ 200 ਦਿਨ ਮੁਕੰਮਲ ਹੋਣ ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਲੀਡਰਾਂ ਨੇ ਇੱਥੇ ਇਕੱਠ ਕਰਨੇ ਹਨ ਵੱਡੀਆਂ ਰੈਲੀਆਂ ਹੋਣਗੀਆਂ ਸ਼ੰਭੂ ਅਤੇ ਖਨੌਰੀ ਦੋਵੇਂ ਬਾਰਡਰਾਂ ਦੇ ਉੱਤੇ ਅਤੇ ਕਿਸਾਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇੱਥੇ ਪਹੁੰਚਣ ਲਈ ਸਦਾ ਤਾ ਗਿਆ ਹੈ ਪੰਜਾਬ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਣਗੇ ਦੇਸ਼ ਦੇ ਹੋਰ ਵੱਖ-ਵੱਖ ਥਾਵਾਂ ਤੋਂ ਵੀ ਪਹੁੰਚਣ ਦੀ ਉਮੀਦ ਹੈ ਇਸ ਮਹਾਪੰਚਾਇਤ ਦੇ ਵਿੱਚ ਵੀ ਹਰਿਆਣੇ ਦੀ ਪਹਿਲਵਾਨਤੀ ਵਿਨੇਸ਼ ਫੁਗਾਟ ਅਤੇ ਉਹਨਾਂ ਦੇ ਪਤੀ ਸੋਮਬੀਰ ਰਾਠੀ ਨੂੰ ਸਨਮਾਨਿਤ ਕੀਤਾ ਜਾਊਗਾ